ਸਤਿ ਸ਼੍ਰੀ ਅਕਾਲ ਜੀ, ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ। ਅਸੀਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨਪ੍ਰੀਤ ਕੌਰ, ਗੱਲਬਾਤ ਕਰਾਂਗੀ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾੜਾ ਜੀ ਦੇ ਨਾਲ। ਇਹ ਖਬਰਾਂ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਾਡਾ ਸਹਿਯੋਗ ਕੀਤਾ ਹੈ ਇੰਡੋਸਪਾਈਸ ਵਰਲਡ ਤੇ ਮਨੀਗ੍ਰਾਮ ਦੇ। ਟਾੜਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਤਾਂ ਅਰਵਿੰਦ ਕੇਜਰੀਵਾਲ ਹੋਰਾਂ ਦੀ ਗੱਲ ਕਰਦੇ ਹਾਂ ਜੀ। ਉਹਨਾਂ ਦਾ ਇੱਕ ਬਿਆਨ ਇਸ ਵੇਲੇ ਬਹੁਤ ਜ਼ਿਆਦਾ ਸੁਰਖੀਆਂ ਦੇ ਵਿੱਚ ਹੈ। ਉਹਨਾਂ ਦਾ ਕਿਹਾ ਜਾ ਰਿਹਾ ਕਿ ਇੱਕ ਨਵਾਂ ਸਟੰਟ ਹੈ। ਉਹਨਾਂ ਦਾ ਕਹਿਣਾ ਹੈ ਕਿ ਨੋਟਾਂ ਤੇ ਮਾਤਾ ਲਕਸ਼ਮੀ ਦੀ ਫੋਟੋ ਹੋਏ ਤੇ ਦੇਸ਼ ਖੁਸ਼ਹਾਲ ਹੋਏਗਾ। ਦੇਖੋ ਜੀ, ਮੈਂ ਇਸ ਗੱਲ ਦੇ ਉੱਤੇ ਬੜਾ ਹੈਰਾਨ ਹੋਇਆ। ਕੱਲ੍ਹ ਤੱਕ ਅਸੀਂ ਇਹ ਗੱਲ ਕਹਿੰਦੇ ਸੀ ਕਿ ਭਾਜਪਾ ਧਰਮ ਦੇ ਨਾਂ ਦੇ ਉੱਤੇ ਪੱਤਾ ਖੇਡਦੀ ਹੈ। ਅਸੀਂ ਇਹ ਗੱਲ ਕਹਿੰਦੇ ਸੀ ਵੀ ਭਾਜਪਾ ਧਰਮ ਦੇ ਨਾਂ ਦੇ ਉੱਤੇ ਠੇਠਰਪੁਣਾ ਕਰਦੀ ਹੈ, ਖੇਖਣ ਕਰਦੀ ਹੈ, ਕਦੇ ਕੁਛ ਕਹਿ ਦਿੰਦੀ ਹੈ, ਕਦੇ ਇੱਕ ਧਰਮ ਦੀ ਗੱਲ, ਕਦੇ ਹਿੰਦੂ ਰਾਸ਼ਟਰ ਦੀ ਗੱਲ, ਕਦੇ ਕੋਈ ਗੱਲ, ਕਦੇ ਕੋਈ ਗੱਲ। ਇਹ ਸਾਰੇ ਧਰਮਾਂ ਦਾ ਸਤਿਕਾਰ ਕਿਉਂ ਨਹੀਂ ਕਰਦੀ? ਇਹ ਸਭ ਨੂੰ ਬਰਾਬਰ ਕਿਉਂ ਨਹੀਂ ਸਮਝਦੀ? ਇੱਕ ਧਰਮ ਵਿਸ਼ੇਸ਼ ਦੀ ਗੱਲ ਕਰਦੇ ਕਰਦੇ ਆਪਦੇ ਫਰਜ਼ਾਂ ਨੂੰ ਕਿਹੜੀ ਗੱਲੋਂ ਭੁੱਲ ਰਹੀ ਹੈ? ਭਾਰਤ ਦੇ ਅਸੀਂ ਉਦਾਹਰਣ ਦਿੰਦੇ ਹੁੰਦੇ ਬਗੀਚੀ ਦੇ ਨਾਲ ਕਿ ਭਾਈ ਇੱਥੇ ਸਾਰੇ ਧਰਮਾਂ ਦੇ, ਸਾਰੇ ਵਰਗਾਂ ਦੇ, ਸਾਰੀਆਂ ਜਾਤਾਂ ਦੇ ਫੁੱਲ ਰਹਿੰਦੇ ਆ, ਫੁੱਲ ਲੱਗੇ ਹੋਏ ਆ। ਪਰ ਮੈਂ ਸੋਚਦਾ ਜੀ ਕਿ ਬੀਜੇਪੀ ਨੂੰ ਵੀ ਟੱਪ ਗਿਆ ਅਰਵਿੰਦ ਕੇਜਰੀਵਾਲ ਤਾਂ। ਕੱਲ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ, ਉਹਦੇ ਵਿੱਚ ਉਹਨੇ ਇੱਕ ਪੱਤਾ ਖੇਡਿਆ ਗੁਜਰਾਤ ਦੀਆਂ ਚੋਣਾਂ ਦੇ ਮੱਦੇਨਜ਼ਰ। 2000 ਤੇ ਮੇਰੇ ਖਿਆਲ 11 ਦੀ ਗੱਲ ਹੈ ਜਦੋਂ ਗੁਜਰਾਤ ਦੀ ਮਰਦਮਸ਼ੁਮਾਰੀ ਹੋਈ ਸੀ, ਉਹਦੇ ਵਿੱਚ 85% ਦੇ ਕਰੀਬ ਹਿੰਦੂ ਭਾਈਚਾਰੇ ਦੀ ਵੋਟ ਦੱਸੀ ਸੀਗੀ। ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਇਹ ਸਿਰਫ ਉਸ ਵੋਟ ਦੀ ਖਾਤਰ ਡਰਾਮਾ ਕੀਤਾ। ਕੇਜਰੀਵਾਲ ਨੇ ਗੱਲ ਕਹੀ ਹੈ ਕਿ ਦੇਖੋ ਭਾਰਤ ਦੀ ਅਰਥ ਵਿਵਸਥਾ ਜਿਹੜੀ ਉਹ ਇਸ ਵੇਲੇ ਡਾਵਾਡੋਲ ਆ, ਇਹ ਮਜ਼ਬੂਤ ਹੋ ਸਕਦੀ ਹੈ ਜੇਕਰ ਭਾਰਤ ਦੀ ਕਰੰਸੀ ਭਾਰਤ ਦੇ ਨੋਟਾਂ ਦੇ ਉੱਤੇ ਇੱਕ ਪਾਸੇ ਤਾਂ ਗਾਂਧੀ ਦੀ ਫੋਟੋ ਆ ਉਹ ਉਵੇਂ ਲੱਗੀ ਰਹਿਣ ਦਿਓ, ਦੂਜੇ ਪਾਸੇ ਜੇਕਰ ਅਸੀਂ ਭਗਵਾਨ ਗਣੇਸ਼ ਦੀ ਫੋਟੋ ਤੇ ਮਾਤਾ ਲਕਸ਼ਮੀ ਦੇਵੀ ਦੀ ਫੋਟੋ ਲਾ ਦਈਏ ਤਾਂ ਇਹਦੇ ਨਾਲ ਭਾਰਤ ਦੀ ਅਰਥ ਵਿਵਸਥਾ ਸ਼ਾਇਦ ਸੁਧਰ ਜਾਵੇ, ਮਜ਼ਬੂਤ ਹੋ ਜਾਵੇ। ਨਾਲ ਉਹਨਾਂ ਨੇ ਕਿਹਾ ਵੀ ਇੰਡੋਨੇਸ਼ੀਆ ਦਾ ਜਿਹੜਾ ਉੱਥੇ ਕਰੰਸੀ ਆ ਉਹਦੇ ਉੱਤੇ ਵੀ ਭਗਵਾਨ ਗਣੇਸ਼ ਦੀ ਛੋਟੀ ਜਿਹੀ ਫੋਟੋ ਲੱਗੀ ਹੋਈ ਆ। ਸੋ ਉਹਨਾਂ ਨੇ ਗੱਲ ਕਹੀ ਹੈ ਜੀ ਕਿ ਇਸ ਵੇਲੇ ਭਾਰਤ ਦੀ ਡਾਵਾਂਡੋਲ ਆਰਥਿਕਤਾ ਦੇ ਲਈ, ਬਚਾਉਣ ਦੇ ਲਈ ਤੇ ਇਹਦੇ ਲਈ ਕੁਝ ਨਾ ਕੁਝ ਕਰਨਾ ਪੈਣਾ। ਤੇ ਨਾਲ ਹੀ ਇਹ ਗੱਲ ਕਹੀ ਹੈ ਕਿ ਭਾਈ ਇਸ ਮਾਮਲੇ ਦੇ ਉੱਤੇ ਸਭ ਨੂੰ ਸੋਚਣਾ ਚਾਹੀਦਾ, ਭਾਰਤ ਦੀ ਸਰਕਾਰ ਨੂੰ ਇਸ ਮਾਮਲੇ ਤੇ ਸੋਚਣਾ ਚਾਹੀਦਾ। ਦੇਖੋ, ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਸਾਡੇ ਵਾਲਾ ਰੇਡੀਓ ਦੀ ਸਮੁੱਚੀ ਮੈਨੇਜਮੈਂਟ, ਸਮੂਹ ਸਰੋਤਾ ਸਾਹਿਬਾਨ ਆ ਜਿਹੜੇ, ਉਹ ਸਾਰੇ ਧਰਮਾਂ ਦਾ ਅਸੀਂ ਸਤਿਕਾਰ ਕਰਦੇ ਹਾਂ, ਕਰਦੇ ਸਾਂ ਤੇ ਕਰਦੇ ਰਹਾਂਗੇ। ਪਰ ਇਹ ਕੇਜਰੀਵਾਲ ਨੇ ਜਿਹੜੀ ਗੱਲ ਕਹੀ ਹੈ ਇਹ ਬਿਲਕੁਲ ਮੈਂ ਤਰਕ ਤੋਂ ਸਿੱਖਣੀ ਹੈ, ਇਹਦੇ ਵਿੱਚ ਕੋਈ ਸੱਚਾਈ ਨਹੀਂ ਗੀ। ਕਿਉਂਕਿ ਦੇਖੋ, ਅਰਥ ਵਿਵਸਥਾ ਦਾ ਸੰਬੰਧ ਚੰਗੀਆਂ ਨੀਤੀਆਂ ਦੇ ਨਾਲ ਹੁੰਦਾ, ਕੋਈ ਦੇਵੀ ਦੇਵਤਿਆਂ ਦੀਆਂ, ਕੋਈ ਧਰਮ ਗੁਰੂਆਂ ਦੀਆਂ ਫੋਟੋ ਲਾਉਣ ਨਾਲ ਹੀ ਸੰਬੰਧ ਹੁੰਦਾ। ਅੱਜ ਅਮਰੀਕਾ ਦਾ ਡਾਲਰ ਮਜ਼ਬੂਤ ਆ, ਇਹਦਾ ਮਤਲਬ ਇਹ ਥੋੜ੍ਹੀ ਵੀ ਡਾਲਰ ਦੇ ਉੱਤੇ ਉਹਨਾਂ ਨੇ ਕਿਸੇ ਦੀ ਫੋਟੋ ਲਾ ਲਈ ਹੈ, ਕੋਈ ਦੇਵਤੇ ਦੀ ਫੋਟੋ ਲਾ ਲਈ ਹੈ, ਕੋਈ ਦੇਵੀ ਦੀ ਫੋਟੋ ਲਾ ਲਈ ਹੈ। ਕਈ ਦੇਸ਼ਾਂ ਦੇ ਵਿੱਚ ਕਰੰਸੀ ਇਸ ਵੇਲੇ ਬੜੀ ਮਜ਼ਬੂਤ ਆ, ਉਹਨਾਂ ਨੇ ਫੋਟੋਆਂ ਥੋੜ੍ਹੀ ਲਾ ਲਈਆਂ। ਭਾਰਤ ਦੇ ਵਿੱਚ ਭੱਠਾ ਤਾਂ ਬੈਠਾ ਹੈਗਾ ਮੁਫ਼ਤ ਦੀਆਂ ਯੋਜਨਾਵਾਂ ਦੇ ਕਰਕੇ, ਜਿਹੜੀਆਂ ਯੋਜਨਾਵਾਂ ਕੇਜਰੀਵਾਲ ਵੀ ਲਾਗੂ ਕਰ ਰਿਹਾ। ਭਾਰਤ ਦੇ ਵਿੱਚ ਭੱਠਾ ਬੈਠਾ, ਲੀਡਰਾਂ ਦੇ ਢਿੱਡ ਨਹੀਂ ਭਰਦੇ ਇਹਦੇ ਕਰਕੇ, ਤੇ ਕੇਜਰੀਵਾਲ ਗੱਲ ਇਹ ਕਹਿ ਰਿਹਾ ਜੀ ਕਿ ਭਾਈ ਆਰਥਿਕਤਾ ਲੋਟ ਆਊਗੀ ਤਾਂ ਜੇਕਰ ਅਸੀਂ ਫੋਟੋਆਂ ਲਾ ਲਈਆਂ ਦੇਵੀ ਦੇਵਤਿਆਂ ਦੀਆਂ। ਇਹ ਉਹਦਾ ਇੱਕ ਮੂਰਖਤਾ ਭਰਪੂਰ ਬਿਆਨ ਆ ਜਿਹਦੇ ਉੱਤੇ ਦੁੱਖ ਵੀ ਹੁੰਦਾ ਤੇ ਹਾਸਾ ਵੀ ਆਉਂਦਾ। ਦੇਖੋ, ਬਾਕੀ ਪਾਰਟੀਆਂ ਵਾਲੇ ਇਹ ਗੱਲਾਂ ਕਹਿਣ, ਅਸੀਂ ਮੰਨ ਲੈਂਦੇ ਹਾਂ ਵੀ ਭਾਈ ਇਹਨਾਂ ਨੇ ਆਹੀ ਕੁਝ ਕਰਨਾ। ਪਰ ਦੇਖੋ ਜੀ, ਇਹਦੇ ਵੱਲੋਂ ਕੇਜਰੀਵਾਲ ਦੇ ਵੱਲੋਂ ਜਿਹੜਾ ਪੜ੍ਹਿਆ ਲਿਖਿਆ ਬੰਦਾ ਜਿਹੜਾ ਵਾਰ ਵਾਰ ਇਹ ਗੱਲ ਕਹਿੰਦਾ ਸੀ ਕਿ ਹਮ ਰਾਜਨੀਤੀ ਕਰਨੇ ਨਹੀਂ ਆਏ, ਹਮਕੋ ਤੋਂ ਰਾਜਨੀਤੀ ਕਰਨੀ ਹੀ ਨਹੀਂ ਆਤੀ, ਤੇ ਸਭ ਤੋਂ ਵੱਡੀ ਰਾਜਨੀਤੀ ਵਾਲੀ ਤਾਂ ਗੱਲ ਇਹੀ ਹੈ ਵੀ ਉਹਨੇ ਧਰਮ ਦਾ ਪੱਤਾ ਕਿਵੇਂ ਖੇਡਿਆ। ਸੋ ਧਰਮ ਵੱਖਰਾ ਵਿਸ਼ਾ, ਅਰਥ ਵਿਵਸਥਾ ਵੱਖਰਾ ਵਿਸ਼ਾ। ਤੇ ਅਰਥ ਵਿਵਸਥਾ ਦੇ ਵਿੱਚ ਕਦੇ ਕਿਸੇ ਦੇਸ਼ ਦੀ ਕਰੰਸੀ ਡਾਊਨ ਵੀ ਜਾਂਦੀ ਹੈ, ਕਦੇ ਕਿਸੇ ਦੇਸ਼ ਦੀ ਉੱਪਰ ਵੀ ਜਾਂਦੀ ਹੈ। ਆਹ ਦੇਖੋ ਜੀ, ਇਹ ਨਹੀਂ ਪਤਾ ਵੀ ਅੱਜ ਡਾਲਰ ਦਾ ਭਾਅ ਕੀ ਹੈ, ਕੱਲ੍ਹ ਡਾਲਰ ਦਾ ਭਾਅ ਕੀ ਹੋਵੇ, ਪਰਸੋਂ ਕੀ ਹੋਵੇ। ਇਹਦਾ ਮਤਲਬ ਐਂ ਥੋੜ੍ਹੀ ਆ ਵੀ ਇੱਕ ਦਿਨ ਫੋਟੋ ਲਾ ਲਈ, ਇੱਕ ਦਿਨ ਲੈ ਗਈ, ਇੱਕ ਦਿਨ ਲਾ ਲਈ, ਇੱਕ ਦਿਨ ਲੈ ਗਈ, ਫਿਰ ਇਹਦਾ ਮਤਲਬ ਤਾਂ ਇਹ ਹੋਇਆ। ਸੋ ਕੇਜਰੀਵਾਲ ਦੀ ਇਹ ਗੱਲ ਵੋਟਾਂ ਦੇ ਲਈ ਕਿੰਨੀ ਕੁ ਕਨਵਰਟ ਹੋਊਗੀ, ਇਹ ਵਕਤ ਦੱਸੂਗਾ। ਪਰ ਮੈਨੂੰ ਲੱਗਦਾ ਵੀ ਉਹਦੀ ਇਸ ਬਿਆਨ ਦੇ ਕਰਕੇ ਜਿਹੜੀ ਉਹਦੀ ਕਦਰ ਬਣੀ ਸੀਗੀ ਉਹਦੇ ਵਿੱਚ ਥੋੜ੍ਹੀ ਜਿਹੀ ਕਟੌਤੀ ਹੋਈ ਹੈ ਜੀ। ਜੀ, ਪਰ ਸਰ ਸਮਝ ਨਹੀਂ ਆਉਂਦੀ ਕਿ ਭਾਰਤ ਦੇ ਨੇਤਾਵਾਂ ਨੂੰ ਹੋ ਕੀ ਗਿਆ। ਉੱਧਰ ਜਿਹੜੇ ਕੇਂਦਰੀ ਆਪਣੇ ਫਾਈਨੈਂਸ ਮਿਨਿਸਟਰ ਨੇ ਨਿਰਮਲਾ ਸੀਤਾਰਮਨ ਹੋਰੀ, ਉਹਨਾਂ ਦਾ ਪਿਛਲੇ ਦਿਨ ਇੱਕ ਬਿਆਨ ਬਹੁਤ ਜ਼ਿਆਦਾ ਸੁਰਖੀਆਂ ਸੀ। ਉਹ ਕਹਿੰਦੇ ਰੁਪਈਆ ਨਹੀਂ ਕਮਜ਼ੋਰ ਹੋਇਆ, ਡਾਲਰ ਮਜ਼ਬੂਤ ਹੋ ਗਿਆ। ਕਦੀ ਉਹ ਕਹਿੰਦੇ ਨੇ ਕਿ ਪਤਾ ਨਹੀਂ ਗੰਡੇ ਦੀਆਂ ਲਸਣ ਦੀਆਂ ਕੀਮਤਾਂ ਕਿਉਂ ਵੱਧ ਰਹੀਆਂ ਨੇ, ਮੈਂ ਤਾਂ ਖਾਂਦੀ ਨਹੀਂ ਸੀ, ਇਹਦੇ ਬਾਰੇ ਮੈਂ ਨਹੀਂ ਜਾਣਕਾਰੀ ਰੱਖਦੀ। ਕਦੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਵੱਲੋਂ ਇਹੋ ਜਿਹੇ ਬਿਆਨਾਂ ਦਾ ਸਾਹਮਣੇ ਆਉਣਾ, ਆਖਿਰਕਾਰ ਲੀਡਰਾਂ ਨੂੰ ਹੋ ਕੀ ਗਿਆ? ਇਹਨਾਂ ਦੀ ਸਮਝ ਤੋਂ ਇਹ ਕੰਮ ਕਿਉਂ ਨਹੀਂ ਲੈ ਰਹੇ ਕਿ ਇਹਨਾਂ ਨੂੰ ਲੋਕ ਸੁਣਦੇ ਨੇ, ਇਹਨਾਂ ਦੇ ਬਿਆਨਾਂ ਦੇ ਉੱਪਰ ਗੌਰ ਫਰਮਾਉਂਦੇ ਨੇ, ਫਿਰ ਵੀ ਬੇਤੁਕੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਇਹਨਾਂ ਦੇ ਵੱਲੋਂ। ਇਸ ਤੋਂ ਵੀ ਅਗਲੀ ਗੱਲ ਕੱਲ੍ਹ ਇੱਕ ਆਈ ਹੈ
यूपी की जिहड़ी सिक्ख्या मंत्री उहदा नाम हैगा गुलाब देवी। देखो हुण तक तुसीं जां असीं सब ने सुने होणगे चमची मार दे, पर उहने तां बेलचा ही चक लिया ते बेलचा ही उहने मारिया। ਉਹ ਕਹਿੰਦੀ ਜੀ ਕਿ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਨਾ ਅਸਲ ਦੇ ਵਿੱਚ ਇਹ ਹੈਗੇ ਜੀ ਭਗਵਾਨ ਦਾ ਅਵਤਾਰ, ਤੇ ਭਗਵਾਨ ਦਾ ਅਵਤਾਰ ਵੀ ਐਸਾ ਵੀ ਇਹਨਾਂ ਨੂੰ ਕਦੇ ਕੋਈ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਛੇਤੀ ਕਿਤੇ ਲਾਹ ਨਹੀਂ ਸਕਦਾ। ਇਹ ਆਪ ਲੈਣ ਜਾਂ ਕੁਛ ਕਰਨ ਤਾਂ ਵੱਖਰੀ ਗੱਲ ਹੈ, ਪਰ ਇਹਨਾਂ ਨੂੰ ਕੋਈ ਲਾਹ ਨਹੀਂ ਸਕਦਾ। ਉਹ ਕਹਿੰਦੀ ਜੀ ਕਿ ਦੇਖੋ ਇਹ ਕਦੇ ਘੰਟੇ ਵੀ ਵਜਵਾ ਸਕਦੇ ਆ, ਕਦੇ ਕੁਛ ਵੀ ਕਰਵਾ ਸਕਦੇ ਆ, ਕਦੇ ਕਿਵੇਂ ਵੀ ਮਸਲਾ ਹੱਲ ਕਰਵਾ ਸਕਦੇ ਆ, ਕੋਈ ਵੱਡੀ ਗੱਲ ਨਹੀਂ। ਇਹ ਭਗਵਾਨ ਦਾ ਅਵਤਾਰ ਨਹੀਂ ਪ੍ਰਧਾਨ ਮੰਤਰੀ ਸਾਹਿਬ ਸਾਡੇ। ਸੋ ਇਹੋ ਜਿਹਾ ਸਾਡੇ ਦੇਸ਼ ਦੇ ਨੇਤਾ, ਜੇ ਮੰਨ ਲਓ ਕਿਸੇ ਇੱਕ ਬੰਦੇ ਨੇ ਦੂਜੇ ਬੰਦੇ ਦੇ ਬਾਰੇ ਗੱਲ ਕਹੀ ਹੋਵੇ ਵੀ ਇਹ ਮੈਨੂੰ ਰੱਬ ਲੱਗਦਾ, ਇਹ ਭਗਵਾਨ ਲੱਗਦਾ, ਇਹਦੇ ਵਿੱਚੋਂ ਮੈਨੂੰ ਫਲਾਣਾ ਦੇਵੀ ਦੇਵਤਾ ਦਿਸਦਾ, ਇਹਦੇ ਵਿੱਚੋਂ ਮੈਨੂੰ ਫਲਾਣੀ ਚੀਜ਼ ਦਿਸਦੀ ਆ, ਤਾਂ ਉਹਦੇ ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਪਰਚਾ ਦਰਜ ਹੋ ਜਾਂਦਾ। ਹੁਣ ਇਹਦੇ ਉੱਤੇ ਗੁਲਾਬ ਦੇਵੀ ਤੇ ਕੌਣ ਪਰਚਾ ਦਰਜ ਕਰਵਾਊਗਾ? ਸੋ ਸਾਡੇ ਦੇਸ਼ ਦੇ ਨੇਤਾਵਾਂ ਦਾ ਕਿਰਦਾਰ ਹੀ ਇਹ ਆ ਵੀ ਇਹਨਾਂ ਨੇ ਧਰਮ 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 ਤੋਂ ਬਿਨਾਂ ਗੱਲ ਕੋਈ ਹੋਰ ਕਰਨੀ ਹੈ ਨਹੀਂ। ਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਖੈਰ ਉਧਰ ਉਪ ਰਾਸ਼ਟਰਪਤੀ ਸਾਹਿਬ ਜਿਹੜੇ ਨੇ ਜਗਦੀਪ ਧਨਖੜ, ਉਹ ਕਹਿੰਦੇ ਉਹ ਵੀ ਪੰਜਾਬ ਪਹੁੰਚੇ ਤੇ ਉਹ ਵੀ ਦਰਬਾਰ ਸਾਹਿਬ ਨਤਮਸਤਕ ਹੋਏ ਨੇ ਜੀ। ਹਾਂ ਬਿਲਕੁਲ ਜੀ, ਗੱਲ ਇਹ ਕਿ ਕੱਲ ਉਹ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਏ ਆ ਤੇ ਕੇਜਰੀਵਾਲ ਸੋਰੀ ਜਿਹੜੇ ਧਨਖੜ ਸਾਹਿਬ ਨੇ ਜਗਦੀਪ ਧਨਖੜ, ਉਹ ਹੁਣੇ ਹੁਣੇ ਆਪਾਂ ਜਾਣਦੇ ਕਿ ਉਪ ਰਾਸ਼ਟਰਪਤੀ ਬਣੇ ਆ, ਤੇ ਉਪ ਰਾਸ਼ਟਰਪਤੀ ਬਣਨ ਤੋਂ ਬਾਅਦ ਤੇ ਉਹ ਪਹਿਲੀ ਵਾਰ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਆਏ ਆ, ਤੇ ਮੱਥਾ ਟੇਕ ਕੇ ਤੇ ਉਹਨਾਂ ਨੇ ਬਾਅਦ ਦੇ ਵਿੱਚ ਜਲਿਆਂ ਵਾਲੇ ਬਾਗ ਦੇ ਵੱਲ ਵੀ ਚਾਲੇ ਪਾਏ ਆ, ਫਿਰ ਉਹ ਦੁਰਗਿਆਣਾ ਮੰਦਿਰ ਦੇ ਵਿੱਚ ਵੀ ਗਏ ਆ। ਲੰਘੇ ਕੱਲ ਸਵੇਰੇ 11:30 ਉਹ ਆਪਣੇ ਕਾਫਲੇ ਦੇ ਸਮੇਤ ਪਹੁੰਚ ਗਏ ਸੀਗੇ ਅੰਮ੍ਰਿਤਸਰ, ਉੱਥੇ ਉਹਨਾਂ ਨੂੰ ਰਿਸੀਵ ਕੀਤਾ ਹੈਗਾ ਜੀ, ਤੇ ਪੰਜਾਬ ਸਰਕਾਰ ਦੇ ਕਈ ਅਧਿਕਾਰੀਆਂ ਨੇ, ਡੀਸੀ ਅੰਮ੍ਰਿਤਸਰ ਨੇ, ਕਈ ਹੋਰਨਾਂ ਨੇ। ਫਿਰ ਉਹ ਜਦੋਂ ਦਰਬਾਰ ਸਾਹਿਬ ਗਏ ਆ, ਕੀਰਤਨ ਵੀ ਸਰਵਣ ਕੀਤਾ, ਲੰਗਰ ਵੀ ਛਕਿਆ, ਮੱਥਾ ਵੀ ਟੇਕਿਆ, ਪਰ ਇੱਥੇ ਉਹਨਾਂ ਦੇ ਕਾਫਲੇ ਦੇ ਕਰਕੇ ਸੰਗਤ ਪਰੇਸ਼ਾਨ ਬਹੁਤ ਹੋਈ ਹੈ 3-4 ਘੰਟੇ। ਫਿਰ ਉਹ ਵੱਖ ਵੱਖ ਥਾਵਾਂ ਤੇ ਹੋਰ ਵੀ ਗਏ, ਜਲਿਆਂ ਵਾਲੇ ਬਾਗ, ਦੁਰਗਿਆਣਾ ਮੰਦਿਰ, ਪਰ ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਜਿਹਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ ਜੀ। ਜੀ ਬਿਲਕੁਲ ਸਹੀ ਸਰ। ਹੁਣ ਗੱਲ ਕਰਦੇ ਹਾਂ ਜੀ ਪੰਜਾਬ ਦੀ ਸਿਆਸਤ ਦੀ। ਉਧਰ ਰੰਧਾਵਾ ਸਾਹਿਬ ਹੋਰੀ ਕਹਿੰਦੇ ਆ, ਕਹਿੰਦੇ ਸਰਕਾਰ ਮੁੜ ਜਾਮੇ ਹਿੰਸਾ ਵਾਲੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਦੇ ਵਿੱਚ ਹੈ ਜੀ। ਦੇਖੋ ਜੀ, ਉਹਨਾਂ ਨੇ ਇੱਦਾਂ ਜਿਸ ਤਰੀਕੇ ਦੇ ਨਾਲ ਗੁਰਮੀਤ ਰਾਮ ਰਹੀਮ ਦਾ ਪ੍ਰਭਾਵ ਵੱਧ ਰਿਹਾ, ਤੇ ਜਿਸ ਤਰੀਕੇ ਦੇ ਨਾਲ ਉਹ ਜੇਲ੍ਹ ਦੇ ਵਿੱਚੋਂ ਪੈਰੋਲ ਦੇ ਉੱਤੇ ਆ ਕੇ ਤੇ ਟੌਰ ਦੇ ਨਾਲ ਉਹ ਆਪਣਾ ਪ੍ਰਚਾਰ ਕਰ ਰਿਹਾ, ਉਹਦੇ ਤੋਂ ਬਾਅਦ ਮੈਨੂੰ ਤਾਂ ਨਿੱਜੀ ਤੌਰ ਤੇ ਲੱਗਦਾ ਵੀ ਸਰਕਾਰ ਨੂੰ ਸ਼ਾਇਦ ਇਹ ਲੱਗਦਾ ਵੀ ਭਾਈ ਕੋਈ ਗੱਲ ਨਹੀਂ, ਕੁਛ ਨਹੀਂ ਹੁੰਦਾ ਗਾ, ਚੱਲੀ ਜਾਣ ਤੋਂ ਜਿਵੇਂ ਚੱਲਦਾ ਸਾਡਾ ਐਵੇਂ ਠੀਕ ਆ। ਸ਼ਾਇਦ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਆ ਵੀ ਚਲੋ ਸਾਡਾ ਐਵੇਂ ਠੀਕ ਚੱਲਦਾ ਤੇ ਬਾਕੀਆਂ ਦਾ ਜਿਵੇਂ ਚੱਲਦਾ ਉਹ ਚੱਲੀ ਜਾਣ ਦਿਓ। ਹੁਣ ਦੇਖੋ ਹਰ ਰੋਜ਼ ਉਹ ਬੰਦਾ ਜਿਹੜਾ ਉਹ ਪ੍ਰਚਾਰ ਕਰ ਰਿਹਾ, ਹਰ ਰੋਜ਼ ਬੰਦਾ ਉਹ ਆਨਲਾਈਨ ਹੋ ਰਿਹਾ, ਹਰ ਰੋਜ਼ ਬੰਦਾ ਆਪਣੀ ਗੱਲ ਰੱਖ ਰਿਹਾ, ਤੇ ਭਾਈ ਇਹਦੇ ਪਿੱਛੇ ਕਾਰਨ ਤਾਂ ਕੋਈ ਨਾ ਕੋਈ ਹੈ ਨਾ। ਬੀਜੇਪੀ ਦੇ ਨੇਤਾ ਉਹਦੇ ਤੋਂ ਥਾਪੜਾ ਲੈ ਰਹੇ ਆ, ਬੀਜੇਪੀ ਦੇ ਨੇਤਾ ਜਿਹੜੇ ਉਹ ਹਰ ਰੋਜ਼ ਆਸ਼ੀਰਵਾਦ ਲੈ ਰਹੇ ਆ, ਤੇ ਹੁਣ ਇਹ ਗੱਲ ਕਹੀ ਹੈਗੀ ਸੁਖਜਿੰਦਰ ਸਿੰਘ ਰੰਧਾਵਾ ਨੇ, ਉਹਨੇ ਇਹ ਗੱਲ ਕਹੀ ਹੈ ਕਿ ਪਿਛਲੇ ਦਿਨੀ ਗੁਰਮੀਤ ਰਾਮ ਰਹੀਮ ਨੇ ਕਿਹਾ ਕਿ ਮੈਂ ਹੀ ਗੁਰੂ ਸਾਂ, ਮੈਂ ਹੀ ਗੁਰੂ ਹਾਂ ਤੇ ਮੈਂ ਹੀ ਗੁਰੂ ਰਹੂੰਗਾ, ਤੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਦੇਖੋ ਇਹ ਕੋਈ ਤਰੀਕਾ ਤਾਂ ਹੋਇਆ ਨਹੀਂ, ਇਹ ਗਲਤ ਗੱਲ ਆ, ਕਿਉਂਕਿ ਜਿਹੜੇ ਬੰਦੇ ਦੇ ਉੱਤੇ ਇੰਨੇ ਪਰਚੇ ਦਰਜ ਹੋਣ ਤੇ ਉਹ ਬੰਦਾ ਕਿਵੇਂ ਗੁਰੂ ਹੋ ਸਕਦਾ, ਉਸ ਬੰਦੇ ਦੇ ਕੋਲੇ ਗੁਰੂ ਵਾਲੀਆਂ ਕਿਹੜੀਆਂ ਤਾਕਤਾਂ ਹੋ ਸਕਦੀਆਂ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਇਹ ਬਿਲਕੁਲ ਇਹਦਾ ਗਲਤ ਤਰੀਕਾ, ਇਹਦੇ ਵੱਲੋਂ ਗਲਤ ਤਰੀਕੇ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਤੇ ਇਹਨੂੰ ਰੋਕਣਾ ਸਰਕਾਰ ਦਾ ਫਰਜ਼ ਬਣਦਾ। ਉਸ ਤੋਂ ਅਗਲੀ ਗੱਲ ਇਹ ਹੈ, ਉਹਨਾਂ ਨੇ ਕਿਹਾ ਵੀ ਜਿਹੜਾ ਬੰਦਾ ਜਬਰ ਜਨਾਹ ਵਾਲਾ, ਜਿਹਦੇ ਉੱਤੇ ਜਬਰ ਜਨਾਹ ਦੇ ਦੋਸ਼ ਲੱਗੇ ਆ, ਉਹ ਬੰਦਾ ਜੇਕਰ ਖੁਦ ਨੂੰ ਗੱਲ ਕਹੂਗਾ ਜੀ ਕਿ ਮੈਂ ਤਾਂ ਹੁਣ ਇਸ ਵੇਲੇ ਦੇਵਤਾ ਹਾਂ ਤੇ ਮੈਂ ਤਾਂ ਗੁਰੂ ਹਾਂ, ਤੇ ਭਾਈ ਇਹ ਤਾਂ ਭਾਵਨਾਵਾਂ ਭੜਕਾਉਣ ਵਾਲੀ ਗੱਲ ਆ, ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਆ। ਫਿਰ ਉਹਨਾਂ ਨੇ ਗੱਲ ਕਹੀ ਹੈ ਵੀ ਭਾਈ ਜਿਹੜਾ ਭਗਵੰਤ ਮਾਨ ਆ ਉਹ ਇਸ ਮਾਮਲੇ ਦੇ ਉੱਤੇ ਕਾਰਵਾਈ ਕਿਉਂ ਨਹੀਂ ਕਰਦਾ? ਇਹਨੇ ਇਹ ਗੱਲ ਕਹੀ ਹੈ ਵੀ ਸੁਨਾਮ ਦੇ ਵਿੱਚ ਡੇਰਾ ਖੋਲਣ ਲੱਗੇ ਆ ਤੇ ਫਿਰ ਕਾਰਵਾਈ ਕਰੇ, ਡੇਰਾ ਕਿਉਂ ਖੋਲਣ ਦਿੰਦੇ ਆਪਾਂ? ਸੋ ਇਹ ਹੈ ਜੀ, ਉਹਨੇ ਕਿਹਾ ਜੀ ਕਿ ਇਸ ਵੇਲੇ ਜਿਹੜੀਆਂ ਸਾਡੀਆਂ ਸਰਕਾਰਾਂ ਉਹ ਸ਼ਾਇਦ ਕੋਸ਼ਿਸ਼ ਕਰ ਰਹੀਆਂ ਵੀ ਇੱਕ ਵਾਰੀ ਮਾਹੌਲ ਫੇਰ ਖਰਾਬ ਹੋਵੇ, ਪਰ ਇਸ ਮਾਹੌਲ ਨੂੰ ਸਾਂਭ ਕੇ ਰੱਖਣਾ ਲੋੜ ਆ, ਮਾਹੌਲ ਨੂੰ ਬਚਾ ਕੇ ਰੱਖਣ ਦੀ ਲੋੜ ਆ ਜੀ। ਜੀ ਬਿਲਕੁਲ ਸਹੀ ਕਿਹਾ ਸਰ। ਅੱਗੇ ਵੱਧਦੇ ਹਾਂ ਜੀ। ਉਧਰ ਆਬੂ ਧਾਬੀ ਤੋਂ ਨਾ ਇੱਕ ਵੀਡੀਓ ਸਾਹਮਣੇ ਆਈ ਹੈ ਤੇ ਬਹੁਤ ਸਾਰੇ ਜਿਹੜੇ ਸਮਾਜ ਸੇਵੀ ਨੇ ਉਹ ਵੀ ਅੱਗੇ ਆਏ ਨੇ, ਜਿਨ੍ਹਾਂ ਨੇ ਕਿ ਭਗਵੰਤ ਮਾਨ ਹੋਰਾਂ ਨੂੰ ਅਪੀਲ ਕੀਤੀ ਹੈ ਕਿ ਉੱਥੇ ਆਬੂ ਧਾਬੀ ਦੇ ਵਿੱਚ 100 ਦੇ ਨੇੜੇ ਦੇ ਨੌਜਵਾਨ ਜਿਹੜੇ ਉਹ ਫਸੇ ਹੋਏ ਨੇ ਤੇ ਉਹਨਾਂ ਨੂੰ ਉੱਥੋਂ ਬਾਹਰ ਲੈ ਕੇ ਆਉਣ ਦਾ, ਯਾਨੀ ਕਿ ਵਾਪਸ ਆਪਣੇ ਵਤਨ ਲੈ ਕੇ ਆਉਣ ਦੀ ਅਪੀਲ ਕੀਤੀ ਗਈ ਹੈ। ਹਾਂ ਬਿਲਕੁਲ ਜੀ, ਦੇਖੋ 100 ਦੇ ਕਰੀਬ ਨੌਜਵਾਨ ਜਿਹੜੇ ਆ ਉਹ ਆਬੂ ਧਾਬੀ ਦੇ ਵਿੱਚ ਇੱਕ ਕੰਪਨੀ ਮਾਲਕ ਦੇ ਵੱਲੋਂ ਜਾ ਕਹਿ ਦਈਏ ਕੰਪਨੀ ਦੇ ਬੰਦ ਹੋਣ ਦੇ ਕਰਕੇ ਜਿਹੜੇ ਉੱਥੇ ਵਿਚਾਰੇ ਫਸ ਗਏ ਆ,
ਤੇ ਉਹ ਚਾਹੁੰਦੇ ਆ ਕਿ ਅਸੀਂ ਆਪੋ ਆਪਣੇ ਘਰਾਂ ਨੂੰ ਪਹੁੰਚ ਗਏ, ਕਿਉਂਕਿ ਪਤਾ ਲੱਗਾ ਜੀ ਕੰਪਨੀ ਬੰਦ ਹੋ ਗਈ ਆ ਤੇ ਕੰਪਨੀ ਦੇ ਮਾਲਕ ਦੇ ਵੱਲੋਂ ਜਾਂ ਉੱਥੋਂ ਦੇ ਪ੍ਰਬੰਧਕਾਂ ਦੇ ਵੱਲੋਂ ਉਹਨਾਂ ਦੇ ਪਾਸਪੋਰਟ ਜ਼ਬਤ ਕੀਤੇ ਹੋਏ ਆ, ਛੱਤ ਉਹਨਾਂ ਦੇ ਕੋਲੇ ਹੈ ਨਹੀਂ, ਖਾਣ ਨੂੰ ਰੋਟੀ ਹੈ ਨਹੀਂ ਗੀ, ਪਹਿਨਣ ਨੂੰ ਕੱਪੜੇ ਹੈ ਨਹੀਂ ਗੇ, ਤੇ ਟਿਕਟ ਲਾ ਕੇ ਵਾਪਸ ਆਉਣ ਦੇ ਲਈ ਵੀ ਪ੍ਰਬੰਧ ਹੈ ਨਹੀਂ ਗਾ। ਸੋ ਇਸ ਤਰੀਕੇ ਦੇ ਹਾਲਾਤ ਆ। ਸੋ ਉਹਨਾਂ ਦੇ 100 ਨੌਜਵਾਨਾਂ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਗਈ ਆ ਕਿ ਕਿਰਪਾ ਕਰਕੇ ਸਾਨੂੰ ਵਾਪਸ ਬੁਲਾਇਆ ਜਾਵੇ, ਅਸੀਂ ਵਾਪਸ ਆਉਣਾ ਚਾਹੁੰਦੇ ਹਾਂ, ਅਸੀਂ ਇਸ ਵੇਲੇ ਇੱਥੇ ਬੜੀ ਪਰੇਸ਼ਾਨੀ ਦੀ ਸਥਿਤੀ ਦੇ ਵਿੱਚ ਹੈਗੇ ਹਾਂ। ਸੋ ਉਹਨਾਂ ਨੇ ਜਿਹੜੇ ਭਾਰਤ ਦੇ ਵਿਦੇਸ਼ ਵਿਭਾਗ ਦੇ ਮੰਤਰੀ ਆ ਜੈ ਸ਼ੰਕਰ ਸਾਹਿਬ, ਉਹਨਾਂ ਨੂੰ ਵੀ ਚਿੱਠੀ ਲਿਖੀ ਆ ਵੀ ਭਾਈ ਸਾਡੇ ਵਾਪਸ ਆਉਣ ਦਾ ਪ੍ਰਬੰਧ ਕੀਤਾ ਜਾਵੇ। ਹੁਣ ਇਹ ਕਿੰਨਾ ਕੁ ਪ੍ਰਬੰਧ ਹੁੰਦਾ, ਕਦੋਂ ਪ੍ਰਬੰਧ ਹੁੰਦਾ, ਕਿਵੇਂ ਪ੍ਰਬੰਧ ਹੁੰਦਾ, ਇਹ ਸਮਾਂ ਦੱਸੂਗਾ। ਪਰ ਉਹਨਾਂ ਨੇ ਮੰਗ ਕੀਤੀ ਆ ਵੀ ਭਾਈ ਸਾਨੂੰ ਵਾਪਸ ਲਿਆਂਦਾ ਜਾਵੇ ਜੀ। ਜੀ ਸਰ, ਬੜੇ ਸਮੇਂ ਦੇ ਬਾਅਦ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਬਾਬਤ ਵੀ ਖਬਰ ਸਾਹਮਣੇ ਆਈ ਹੈ ਜੀ, ਕਹਿੰਦੇ ਕਿ ਹੁਣ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵੀ ਉਹ ਆਪਣੀ ਪੇਸ਼ੀ ਭੁਗਤ ਸਕਣਗੇ। ਹਾਂ ਬਿਲਕੁਲ ਜੀ, ਜਿਸ ਤਰੀਕੇ ਦੇ ਨਾਲ ਇਹ ਪਤਾ ਲੱਗਾ ਜੀ ਕਿ ਨਵਜੋਤ ਸਿੰਘ ਸਿੱਧੂ ਨੂੰ ਰਾਹਤ ਮਿਲੀ ਆ, ਇਹ ਮੈਨੂੰ ਲੱਗਦਾ ਵੀ ਉਹਦੇ ਲਈ ਇੱਕ ਚੰਗੀ ਖਬਰ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਪਿਛਲੀ ਵਾਰ ਵੀ ਮਾਣਯੋਗ ਲੁਧਿਆਣੇ ਦੀ ਅਦਾਲਤ ਨੇ ਗੱਲ ਕਹੀ ਸੀ ਕਿ ਨਵਜੋਤ ਸਿੰਘ ਸਿੱਧੂ ਨਿੱਜੀ ਤੌਰ ਦੇ ਉੱਤੇ ਫਿਜ਼ੀਕਲ ਅਪੀਅਰੈਂਸ ਰਾਹੀਂ ਹਾਜ਼ਰ ਹੋਵੇ, ਤੇ ਇਹ ਗੱਲ ਕਹੀ ਗਈ ਸੀ ਵੀ ਭਾਈ ਇਹ ਨਹੀਂ ਹੋ ਸਕਦਾ ਵੀ ਭਾਈ ਤੁਹਾਡੀ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪੇਸ਼ੀ ਹੋਵੇ। ਇਹ ਮਾਮਲਾ ਹੈਗਾ CLU ਦਾ, ਉਹਨੂੰ ਕਹਿੰਦੇ ਜੀ ਜਿਹੜੀ ਲੈਂਡ ਆ ਉਹਨੂੰ ਤਬਦੀਲ ਕੀਤਾ ਗਿਆ ਸੀਗਾ, ਇਹ ਜਿਹੜੀ ਲੈਂਡ ਜ਼ਮੀਨ ਆ ਉਹਦੀ ਬਦਲੀ ਕੀਤੀ ਗਈ ਸੀਗੀ, CLU ਘੁਟਾਲਾ ਜਿਹੜਾ ਸੀਗਾ ਉਹਦੇ ਵਿੱਚ ਮਾਮਲੇ ਦੇ ਵਿੱਚ ਇਹਨਾਂ ਦੀ ਪੇਸ਼ੀ ਹੈਗੀ ਆ। ਸੋ ਅਗਲੀ ਗੱਲ ਇਹ ਆ ਵੀ ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਇਹ ਗੱਲ ਕਹੀ ਸੀ ਕਿ ਮੈਂ ਇਸ ਮਾਮਲੇ ਦੇ ਵਿੱਚ ਨਿੱਜੀ ਤੌਰ ਦੇ ਉੱਤੇ ਹਾਜ਼ਰ ਨਹੀਂ ਹੋ ਸਕਦਾ ਕਿਉਂਕਿ ਮੇਰੀ ਸਿਹਤ ਠੀਕ ਨਹੀਂ ਆ। ਉਸ ਤੋਂ ਬਾਅਦ ਇਹ ਗੱਲ ਕਹੀ ਗਈ ਸੀ ਵੀ ਭਾਈ ਸੁਰੱਖਿਆ ਦੇ ਕਾਰਨਾਂ ਕਰਕੇ ਮੈਂ ਹਾਜ਼ਰ ਨਹੀਂ ਹੋ ਸਕਦਾ, ਪਰ ਮਾਣਯੋਗ ਅਦਾਲਤ ਨੇ ਗੱਲ ਕਹੀ ਸੀ ਲੁਧਿਆਣੇ ਵਾਲੀ ਅਦਾਲਤ ਨੇ ਕਿ ਨਹੀਂ ਤੁਹਾਨੂੰ ਆਪ ਹੀ ਹਾਜ਼ਰ ਹੋਣਾ ਪਊਗਾ। ਫਿਰ ਨਵਜੋਤ ਸਿੱਧੂ ਨੇ ਆਪਣੇ ਵਕੀਲਾਂ ਦੇ ਰਾਹੀਂ ਪਤਾ ਲੱਗਾ ਜੀ ਕਿ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਤੇ ਲੰਘੇ ਕੱਲ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਭਾਈ ਇਹਨਾਂ ਨੂੰ ਇਜਾਜ਼ਤ ਆ ਵੀ ਭਾਈ ਇਹ ਫਿਜ਼ੀਕਲ ਅਪੀਅਰੈਂਸ ਦੀ ਥਾਂ ਦੇ ਉੱਤੇ ਵੀਡੀਓ ਕਾਨਫਰੰਸਿੰਗ ਦੇ ਰਾਹੀਂ CLU ਮਾਮਲੇ ਦੇ ਵਿੱਚ ਪੇਸ਼ ਹੋ ਸਕਣਗੇ ਜੀ। ਜੀ ਬਿਲਕੁਲ ਸਹੀ ਸਰ। ਉਧਰ ਦੂਸਰੇ ਬੰਨੇ ਜੀ ਕਿਸਾਨਾਂ ਨੇ ਵੀ ਬਹੁਤ ਵੱਡਾ ਐਲਾਨ ਕਰ ਦਿੱਤਾ ਹੈ ਜੀ, ਕਹਿੰਦੇ 29 ਨੂੰ ਕਿਸਾਨ ਅਗਲੇ ਐਕਸ਼ਨ ਦਾ ਐਲਾਨ ਕਰਨਗੇ। ਬਿਲਕੁਲ ਜੀ, ਲੰਘੇ ਕੱਲ ਜੋਗਿੰਦਰ ਸਿੰਘ ਉਗਰਾਹਾਂ ਹੋਰਾਂ ਨੇ ਕਿਹਾ ਵੀ ਭਗਵੰਤ ਮਾਨ ਦੀ ਸਰਕਾਰ ਵੀ ਬਾਕੀ ਸਰਕਾਰਾਂ ਵਰਗੀ ਆ, ਇਹ ਕਹਿੰਦੇ ਕੁਝ ਹੋਰ ਆ ਕਰਦੇ ਕੁਝ ਹੋਰ ਆ। ਪਹਿਲਾਂ ਤਾਂ ਇਹਨਾਂ ਦੇ ਨਾਲ ਮੀਟਿੰਗਾਂ ਦੇ ਲਈ ਸਮਾਂ ਲੈਣਾ ਪੈਂਦਾ ਸਿਰਫ ਇਸ ਗੱਲ ਦੇ ਲਈ ਕਿ ਭਾਈ ਇਹ ਸਾਡੀ ਗੱਲ ਸੁਣ ਲੈਣ, ਜਦੋਂ ਗੱਲ ਸੁਣ ਲੈਂਦੇ ਆ ਇਹ ਕਹਿੰਦੇ ਨੇ ਮੰਗਾਂ ਥੋੜੀਆਂ ਮੰਨੀਆਂ, ਪਰ ਉਹਨਾਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਸਾਨੂੰ ਫਿਰ ਮਿਹਨਤ ਕਰਨੀ ਪੈਂਦੀ ਆ, ਫਿਰ ਸਾਨੂੰ ਧਰਨੇ ਦੇਣੇ ਪੈਂਦੇ ਆ। ਇਹਨਾਂ ਦੇ ਵੱਲੋਂ ਕਹੀ ਹੋਈ ਗੱਲ ਦੇ ਉੱਤੇ ਖਰੇ ਨਹੀਂ ਉਤਰਿਆ ਜਾਂਦਾ, ਜਿਹਦੇ ਕਰਕੇ ਸਾਡੇ ਸੰਕਟ ਵੱਧਦੇ ਜਾਂਦੇ ਲਗਾਤਾਰ। ਨਾਲ ਹੀ ਉਹਨਾਂ ਨੇ ਗੱਲ ਕਹੀ ਹੈ ਜੀ ਕਿ ਇਹ ਸਾਰਾ ਕੁਝ ਬੰਦ ਹੋਣਾ ਚਾਹੀਦਾ ਜਿਵੇਂ ਕਿ ਚੱਲ ਰਿਹਾ। ਉਹਨਾਂ ਨੇ ਗੱਲ ਕਹੀ ਹੈ ਕਿ ਸਾਡੀਆਂ ਮੰਗਾਂ ਜਿਹੜੀਆਂ ਉਹ ਅਧੂਰੀਆਂ, ਪਰ ਭਗਵੰਤ ਮਾਨ ਨੇ ਗੱਲ ਕਹੀ ਹੈ ਵੀ ਜਿਹੜੀਆਂ ਜਿਹੜੀਆਂ ਮੰਗਾਂ ਅਸੀਂ ਮੰਨ ਸਕਦੇ ਸੀ ਉਹ ਮੰਨ ਲਈਆਂ, ਜਿਹੜੀਆਂ ਬਾਕੀ ਰਹਿੰਦੀਆਂ ਉਹ ਕੇਂਦਰ ਦੇ ਅਧੀਨ ਆ। ਸੋ ਕੇਂਦਰ ਦੀ ਸਰਕਾਰ ਨੂੰ ਅਸੀਂ ਕਹਿ ਤਾ ਜਿਵੇਂ ਉਹ ਕਰਨਾ ਚਾਹੁੰਗੇ ਅਸੀਂ ਉਵੇਂ ਵੀ ਦੱਸ ਦਿਆਂਗੇ, ਪਰ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਵੀ ਜਿਹੜੀਆਂ ਸਾਡੀਆਂ ਮੰਗਾਂ ਭਾਵੇਂ ਉਹ ਹੈਗਾ ਜੀ ਇਸ ਵੇਲੇ ਦਰਿਆਵਾਂ ਦੇ ਵਿੱਚ ਪ੍ਰਦੂਸ਼ਿਤ ਪਾਣੀ ਪੈਣ ਦਾ ਮਸਲਾ ਉਹ ਬੰਦ ਹੋਣਾ ਚਾਹੀਦਾ, ਪਰਾਲੀ ਦੇ ਉੱਤੇ ਜਿਹੜਾ ਢੁੱਕਵਾਂ ਬੋਨਸ ਮਿਲਣਾ ਚਾਹੀਦਾ 200 ਰੁਪਈਆ ਕੁਇੰਟਲ ਉਹ ਹੋਣਾ ਚਾਹੀਦਾ। ਸੋ ਉਹਨਾਂ ਨੇ ਕਈ ਮੰਗਾਂ ਰੱਖੀਆਂ ਵੀ ਫਸਲਾਂ ਜਿਹੜੀਆਂ ਖਰਾਬ ਹੋਣ ਨਾਲ ਮੁਆਵਜ਼ਾ ਮਿਲਣਾ ਚਾਹੀਦਾ। ਉਹਨਾਂ ਨੇ ਕਿਹਾ ਵੀ ਜੇਕਰ ਇਹਦਾ ਨਾ ਹੋਇਆ ਤਾਂ ਅਸੀਂ ਵੱਡੇ ਪੱਧਰ ਦੇ ਉੱਤੇ 29 ਤਰੀਕ ਨੂੰ ਸੰਘਰਸ਼ ਉਲੀਕਣਾ। 29 ਤਰੀਕ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਐਕਸ਼ਨ ਕਰਨ ਦਾ ਐਲਾਨ ਕੀਤਾ ਗਿਆ। ਸੋ 29 ਤੋਂ ਪਹਿਲਾਂ ਇਹ ਮੰਗਾਂ ਮੰਨੀਆਂ ਜਾਂਦੀਆਂ ਜਾਂ ਨਹੀਂ, ਜਿਹੜੀਆਂ ਮੰਨੀਆਂ ਗਈਆਂ ਉਹ ਪ੍ਰੈਕਟੀਕਲ ਤੌਰ ਤੇ ਲਾਗੂ ਹੁੰਦੀਆਂ ਜਾਂ ਨਹੀਂ, ਇਹ ਸਮਾਂ ਦੱਸੂਗਾ ਜੀ। ਜੀ ਪਰ ਸਰ ਗੱਲ ਇਹ ਹੈ ਕਿ ਇਸ ਮਾਮਲੇ ਦੇ ਉੱਪਰ ਸਰਕਾਰ ਤੇ ਕਿਸਾਨ ਆਮੋ ਸਾਹਮਣੇ ਹੋਏ ਹੋਏ ਨੇ, ਕਿਉਂਕਿ ਸਰਕਾਰ ਦੇ ਵੱਲੋਂ ਤਾਂ ਇਹ ਵੀ ਬਿਆਨ ਸਾਹਮਣੇ ਆ ਗਿਆ, ਉਹ ਕਹਿੰਦੇ ਜਦ ਸਾਰੀਆਂ ਮੰਗਾਂ ਮੰਨ ਲਈਆਂ ਨੇ ਤੇ ਫਿਰ ਧਰਨਾ ਕਿਹੜੀ ਗੱਲ ਦਾ ਲਾਇਆ ਹੋਇਆ। ਸੋ ਇਹਨੂੰ ਲੈ ਕੇ ਕਾਫੀ ਜ਼ਿਆਦਾ ਮਾਹੌਲ ਤਣਾਅਪੂਰਨ ਬਣਿਆ ਹੋਇਆ। ਦੇਖੋ ਮੰਗਾਂ ਮੰਨ ਲਈਆਂ ਪਰ ਮੰਗਾਂ ਲਾਗੂ ਥੋੜੀ ਹੋਈਆਂ, ਮੰਨ ਲੈਣੀਆਂ ਤੇ ਲਾਗੂ ਹੋਣੀਆਂ ਇਹ ਤਾਂ ਦੋ ਵੱਖੋ ਵੱਖਰੇ ਗੱਲ ਹੈ ਨਾ। ਤੁਹਾਡੀਆਂ ਮੰਗਾਂ ਮੰਨਣ ਦਾ ਅਸੀਂ ਐਲਾਨ ਕਰਦੇ ਹਾਂ, ਐਲਾਨ ਐਲਾਨ ਰਹਿ ਜਾਂਦਾ। ਕਿਸਾਨ ਇਹ ਗੱਲ ਕਹਿੰਦੇ ਜੀ ਕਿ ਦੇਖੋ ਤੁਸੀਂ ਜਿਹੜੇ ਐਲਾਨ ਕੀਤਾ ਉਹਨੂੰ ਪ੍ਰੈਕਟੀਕਲ ਤੌਰ ਦੇ ਉੱਤੇ ਲਾਗੂ ਵੀ ਕਰ ਦਿਓ, ਜਾਂ ਕਦੋਂ ਤੋਂ ਲਾਗੂ ਕਰੋਗੇ ਸਾਨੂੰ ਇਹਦੇ ਬਾਰੇ ਦੱਸ ਦਿਓ। ਤੁਸੀਂ ਮੰਗਾਂ ਦਾ ਐਲਾਨ ਕਰਤਾ, ਤੁਸੀਂ ਹੁਣ ਕਹੋ ਜੀ ਸਾਲ ਨੂੰ ਅਸੀਂ ਤੁਹਾਡੀਆਂ ਮੰਗਾਂ ਪ੍ਰਵਾਨ ਜਿਹੜੀਆਂ ਕੀਤੀਆਂ ਉਹ ਲਾਗੂ ਕਰਦੇ ਹਾਂ, ਉਦੋਂ ਤੱਕ ਕੋਈ ਹੋਰ ਪਤਾ ਨਹੀਂ ਕੀ ਹੋਣਾ। ਸੋ ਇਸ ਗੱਲ ਦੇ ਉੱਤੇ ਕਿਸਾਨ ਭੜਕੇ ਆ। ਸੋ ਗੱਲ ਇਹ ਜੀ ਕਿ ਜੋਗਿੰਦਰ ਸਿੰਘ ਉਗਰਾਹਾਂ ਹੋਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਵੀ ਭਾਈ ਇਸ ਵਕਤ ਜੋ ਕੁਝ ਕਹਿ ਰਹੀ ਹੈ ਸੂਬੇ ਦੀ ਸਰਕਾਰ ਇਹਦੇ ਉੱਤੇ ਭੋਰਾ ਯਕੀਨ ਕਰਨ ਨੂੰ ਯਤਨ ਨਹੀਂ ਕਰਦਾ। ਉਹਨਾਂ ਨੇ ਕਿਹਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਅਸੀਂ ਸੰਘਰਸ਼ ਆਪਣਾ
ਹੋਰ ਤਿੱਖਾ ਕਰਨਾ ਹੀ ਕਰਨਾ ਜੀ। ਜੀ ਸਰ ਉਧਰ ਮਲਿਕਾ ਅਰਜੁਨ ਖੜਗੇ ਹੋ ਰਹੀ ਕਹਿੰਦੇ ਉਹਨਾਂ ਨੇ 47 ਮੈਂਬਰੀ ਟੀਮ ਬਣਾਈ ਹੈ ਜੀ। ਹਾਂ ਬਿਲਕੁਲ ਜੀ, ਮਲਿਕਾ ਅਰਜੁਨ ਖੜਗੇ ਜਿਹੜੇ ਕਿ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਬਣੇ ਆ, ਕੱਲ ਉਹਨਾਂ ਨੇ ਰਸਮੀ ਤੌਰ ਦੇ ਉੱਤੇ ਆਪਣਾ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਜਿਹੜੇ ਉਹ ਪ੍ਰਧਾਨ ਚੁਣੇ ਗਏ ਸੀਗੇ, ਮਤਲਬ ਜਿੱਤੇ ਸੀਗੇ ਉਹ ਸ਼ਸ਼ੀ ਥਰੂਰ ਨੂੰ ਹਰਾ ਕੇ, ਪਰ ਕੱਲ ਉਹਨਾਂ ਨੇ ਰਸਮੀ ਤੌਰ ਤੇ ਕਹਿ ਦਈਏ ਵੀ ਸਹੁੰ ਚੁੱਕ ਲਈ ਆ ਜਾਂ ਉਹਨਾਂ ਨੇ ਆਪਣਾ ਅਹੁਦਾ ਸੰਭਾਲ ਲਿਆ, ਤੇ ਉਹਨਾਂ ਨੇ ਪ੍ਰਧਾਨ ਬਣਨ ਸਾਰ 47 ਮੈਂਬਰੀ ਇੱਕ ਕਮੇਟੀ ਦਾ ਗਠਨ ਕੀਤਾ। ਇਹ 47 ਮੈਂਬਰੀ ਕਮੇਟੀ ਹੈ ਜਿਹੜੀ ਸੀਨੀਅਰ ਆਗੂਆਂ ਦੀ ਆ। ਇਹ ਜਿਹੜੀ ਕਮੇਟੀ ਆ ਉਹ ਕਿਵੇਂ ਕੰਮ ਕਰੂਗੀ ਵਕਤ ਦੱਸੂਗਾ, ਪਰ ਇਹਦੇ ਵਿੱਚ ਸੋਨੀਆ ਗਾਂਧੀ ਵੀ ਆ, ਰਾਹੁਲ ਗਾਂਧੀ ਵੀ ਇਸ ਕਮੇਟੀ ਦੇ ਵਿੱਚ, ਤੇ ਪ੍ਰਧਾਨ ਮਲਿਕਾ ਅਰਜੁਨ ਖੜਗੇ ਆ। ਇਹਦੇ ਵਿੱਚ ਸ਼ਸ਼ੀ ਥਰੂਰ ਨੂੰ ਸ਼ਾਮਿਲ ਦਿੱਤਾ ਗਿਆ, ਉਹ ਹੈ ਨਹੀਂ। ਇਹ ਦਿਗਵਿਜੇ ਸਿੰਘ ਵੀ ਆ, ਹਰੀਸ਼ ਰਾਵਤ ਵੀ ਆ, ਹਰੀਸ਼ ਚੌਧਰੀ ਵੀ ਆ, ਪੰਜਾਬ ਦੇ ਵੱਲੋਂ ਆ ਜਿਹੜੇ ਆ ਇੱਥੇ ਇੱਕ ਦੋ ਚਿਹਰੇ ਸ਼ਾਮਿਲ ਕੀਤੇ ਗਏ ਆ ਜਿਹਦੇ ਵਿੱਚ ਅੰਬਿਕਾ ਸੋਨੀ ਦਾ ਨਾਂ ਹੈਗਾ। ਸੋ ਇਸ ਤਰੀਕੇ ਦੇ ਨਾਂ ਹੈਗੇ, ਪਰ ਪੰਜਾਬ ਦੇ ਵਿੱਚੋਂ ਕੋਈ ਵੀ ਵੱਡਾ ਤੇ ਸਰਗਰਮ ਚਿਹਰਾ ਨਹੀਂ ਸ਼ਾਮਿਲ ਕੀਤਾ ਗਿਆ। ਇਹ ਜਿਹੜੇ 47 ਮੈਂਬਰ ਚੁਣੇ ਗਏ ਆ ਵਿੱਚ ਕਮੇਟੀ ਦੇ, ਇਹਨਾਂ ਦੇ ਵਿੱਚੋਂ ਬਹੁਤੇ ਮੈਂਬਰ ਜਿਹੜੇ ਗੈਰ ਸਰਗਰਮ ਆ, ਉਹ ਕੋਈ ਬਹੁਤੇ ਕਮਾਲ ਦੀ ਕਾਮਯਾਬੀ ਵਾਲੇ ਜਾਂ ਬਹੁਤ ਸਰਗਰਮੀ ਦੇ ਨਾਲ ਸਭ ਕੁਝ ਬੰਨ ਕੇ ਰੱਖਣ ਵਾਲੇ ਹੈ ਨਹੀਂ ਗੇ। ਸੋ ਪਤਾ ਨਹੀਂ ਆਉਂਦੇ ਸਮੇਂ 'ਚ ਕੀ ਹੋਊਗਾ, ਪਰ ਕਾਂਗਰਸ ਹੁਣ ਮਲਿਕਾ ਅਰਜੁਨ ਖੜਗੇ ਦੀ ਅਗਵਾਈ 'ਚ ਕਿਵੇਂ ਸਰਵਾਈਵ ਕਰੂਗੀ, ਇਹ ਹੁਣ ਵਕਤ ਦੇ ਨਾਲ ਜੁੜੀ ਹੋਈ ਗੱਲ ਹੈ। ਪਰ ਕਾਂਗਰਸੀ ਜਿਹੜੇ ਆ ਪੰਜਾਬ ਦੇ ਜਾਂ ਹੋਰ ਸੂਬਿਆਂ ਦੇ, ਉਹਨਾਂ ਦਾ ਇਹ ਕਹਿਣਾ ਜੀ ਕਿ ਕਾਂਗਰਸ ਡਿੱਗ ਡਿੱਗ ਕੇ ਸਵਾਰ ਹੁੰਦੀ ਆ, ਤੇ ਇੱਕ ਵਾਰੀ ਫਿਰ ਇਹ ਕਾਂਗਰਸ ਪੈਰਾਂ ਸਿਰ ਹੋਊਗੀ ਜੀ। ਤੇ ਸਰ ਜਿਹੜੀ ਉੱਧਰ ਰਾਹੁਲ ਗਾਂਧੀ ਹੋਰਾਂ ਨੇ ਉਹ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ, ਉਹਦਾ ਕੋਈ ਅਸਰ ਉਸਰ ਦੇਖਣ ਨੂੰ ਮਿਲਿਆ ਜੀ? ਦੇਖੋ ਜੀ, ਰਾਹੁਲ ਗਾਂਧੀ ਹੋਰੀ ਕੋਸ਼ਿਸ਼ਾਂ ਕਰ ਰਹੇ ਆ, ਉਹਨਾਂ ਕੋਸ਼ਿਸ਼ਾਂ ਨੂੰ ਬੂਰ ਲੱਗਦਾ ਕਿ ਨਹੀਂ ਲੱਗਦਾ ਇਹ ਤਾਂ ਵਕਤ ਦੱਸੂਗਾ। ਪਰ ਗੱਲ ਇਹ ਵੀ ਰਾਹੁਲ ਗਾਂਧੀ ਹੋਰਾਂ ਨੇ ਕਈ ਹਜ਼ਾਰ ਕਿਲੋਮੀਟਰ ਦੀ ਪੈਦਲ ਯਾਤਰਾ ਸ਼ੁਰੂ ਕੀਤੀ ਆ, ਤੇ ਉਹ ਵੱਖ ਵੱਖ ਥਾਵਾਂ ਤੇ ਜਾ ਰਹੇ ਆ, ਤੇ ਰਾਜਾ ਵੜਿੰਗ ਹੋਰੀ ਇਹ ਗੱਲ ਕਹਿੰਦੇ ਜੀ ਕਿ ਇਸ ਯਾਤਰਾ ਨੂੰ ਹੁੰਗਾਰਾ ਬਹੁਤ ਵੱਡਾ ਮਿਲ ਰਿਹਾ, ਤੇ ਬੀਜੇਪੀ ਵੀ ਹਿੱਲੀ ਪਈ ਆ। ਉਹਨਾਂ ਦਾ ਇਹ ਕਹਿਣਾ ਵੀ ਇਸ ਵੇਲੇ ਬੀਜੇਪੀ ਰਾਹੁਲ ਗਾਂਧੀ ਦੇ ਉੱਤੇ ਜੈਲਸੀ ਕਰਕੇ ਪਰਚਾ ਵੀ ਦਰਜ ਕਰਵਾ ਸਕਦੀ ਆ, ਤੇ ਇਹਨੂੰ ਚੁਕਵਾ ਵੀ ਸਕਦੀ ਆ, ਜੇਲ੍ਹ ਵੀ ਭੇਜ ਸਕਦੀ ਆ। ਪਤਾ ਨਹੀਂ ਇਹ ਕੁਝ ਹੋਣਾ ਕਿ ਨਹੀਂ ਹੋਣਾ, ਪਰ ਕਾਂਗਰਸੀ ਤਾਂ ਬਹੁਤ ਆਸਵੰਦ ਆ, ਪਰ ਲੋਕਾਂ ਦਾ ਇਹ ਕਹਿਣਾ ਵੀ ਨਹੀਂ, ਗੱਲ ਹੈ ਨਹੀਂ ਉੱਡੀ ਜੀ। ਜੀ ਪਰ ਖੜਗੇ ਸਾਹਿਬ ਦੇ ਮੂਹਰੇ ਵੀ ਤਾਂ ਚੁਣੌਤੀਆਂ ਦਾ ਏਡਾ ਵੱਡਾ ਪਹਾੜ ਇਸ ਵੇਲੇ ਖੜਾ, ਕਿਉਂਕਿ ਪਹਿਲਾਂ ਤਾਂ ਕਾਂਗਰਸ ਨੂੰ ਪੈਰਾਂ ਸਿਰ ਕਰਨਾ ਹੀ ਸਭ ਤੋਂ ਵੱਡੀ ਚੁਣੌਤੀ ਹੈ, ਉਸ ਤੋਂ ਬਾਅਦ ਸਾਰੇ ਕਾਂਗਰਸੀਆਂ ਨੂੰ ਇਕੱਠੇ ਕਰਨਾ ਸਭ ਤੋਂ ਵੱਡੀ ਚੁਣੌਤੀ ਹੈ, ਉਸ ਤੋਂ ਬਾਅਦ ਦੁਬਾਰਾ ਤੋਂ ਜੋ ਪਹਿਲਾਂ ਲੋਕਾਂ ਦਾ ਵਿਸ਼ਵਾਸ ਸੀ ਕਿਤੇ ਨਾ ਕਿਤੇ ਕਾਂਗਰਸ ਦੇ ਵਿੱਚ, ਉਹਨੂੰ ਬਹਾਲ ਕਰਨਾ ਸਭ ਤੋਂ ਵੱਡੀ ਚੁਣੌਤੀ ਹੈ। ਸੋ ਚੁਣੌਤੀਆਂ ਦਾ ਤਾਂ ਪਹਾੜ ਖੜਾ ਇਸ ਵੇਲੇ ਖੜਗੇ ਉਹਨਾਂ ਦੇ ਮੂਹਰੇ। ਬਿਲਕੁਲ, ਤੇ ਜੇਕਰ ਪਹਾੜ ਨਾ ਹੁੰਦਾ ਤੇ ਫਿਰ ਤਾਂ ਪ੍ਰਧਾਨ ਇਦਾਂ ਗੈਰ ਗਾਂਧੀ ਪਰਿਵਾਰ ਚੋਂ ਚੁਣਨ ਦੀ ਲੋੜ ਵੀ ਨਹੀਂ ਸੀ। ਇਹ ਤੱਕ ਨਵਾਂ ਤਜਰਬਾ ਕਰਕੇ ਦੇਖਿਆ ਗਿਆ ਵੀ ਗਾਂਧੀ ਤੇ ਨਹਿਰੂ ਪਰਿਵਾਰ ਤੋਂ ਬਿਨਾਂ ਜੇਕਰ ਕੋਈ ਪ੍ਰਧਾਨ ਬਣਾਉਂਦੇ ਆ ਤਾਂ ਉਹਦੇ ਨਾਲ ਭਾਈ ਸਫਲਤਾ ਮਿਲਦੀ ਹੈ ਜਾਂ ਆਪਾਂ ਉੱਥੇ ਘੈਂਸ ਘੈਂਸ ਹੋਵੇਂ ਕਰਦੇ ਰਵਾਂਗੇ। ਸੋ ਇਹ ਮਲਿਕਾ ਅਰਜੁਨ ਖੜਗੇ ਨੇ ਆਪਣੇ ਆਪ ਨੂੰ ਸਾਬਤ ਕਰਕੇ ਦਿਖਾਉਣਾ ਵੀ ਭਾਈ ਮੇਰੇ ਆਉਣ ਦੇ ਨਾਲ ਕੀ ਫਰਕ ਪਿਆ, ਮੇਰੇ ਆਉਣ ਦੇ ਨਾਲ ਕਾਂਗਰਸ ਜਿਹੜੀ ਕਿ ਮਰੀ ਪਈ ਹੈ ਇਹਦੇ ਵਿੱਚ ਕਿਵੇਂ ਜਾਨ ਪਈ ਹੈ। ਸੋ ਉਹ ਉਹਨਾਂ ਦੀ ਕਾਬਲੀਅਤ ਕੀ ਆ ਇਹ ਤਾਂ ਹੁਣ ਉਹਨਾਂ ਨੇ ਆਪੇ ਸਾਬਤ ਕਰਨਾ ਜੀ। ਜੀ ਤੇ ਸਰ ਇੱਕ ਰਿਪੋਰਟ ਆਈ ਹੈ ਜੀ ਸਾਹਮਣੇ, ਕਹਿੰਦੇ ਲੋਕ ਵਾਕਈ ਜਿਹੜੀ ਤੁਸੀਂ ਗੱਲ ਸਾਂਝੀ ਕੀਤੀ ਸੀ ਪਰਾਲੀ ਦੇ ਬਾਬਤ ਸਾਡੇ ਵਾਲਾ ਰੇਡੀਓ ਦੇ ਉੱਪਰ, ਵਾਕਈ ਉਹ ਗੱਲ ਕਹਿੰਦੇ ਸੱਚੀ ਸਾਬਤ ਹੋਈ ਹੈ ਕਿ ਜੇਕਰ ਪਿਛਲੇ ਸਾਲਾਂ ਦੇ ਮੁਕਾਬਲੇ ਦੇਖਿਆ ਜਾਏ ਤਾਂ ਹੁਣ ਤੱਕ ਜਿੰਨੇ ਵੀ ਪਰਾਲੀ ਸਾੜਨ ਦੇ ਕੇਸ ਸਾਹਮਣੇ ਆਏ ਨੇ ਉਹਨਾਂ 'ਚ ਕਾਫੀ ਜ਼ਿਆਦਾ ਗਿਰਾਵਟ ਵੇਖਣ ਨੂੰ ਮਿਲੀ ਹੈ ਜੀ। ਦੇਖੋ ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਵੀ ਹੌਲੀ ਹੌਲੀ ਲੋਕਾਂ ਦੇ ਵਿੱਚ ਤਬਦੀਲੀ ਆ ਸਕਦੀ ਹੈ, ਲੋਕਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਆ, ਤੇ ਲੋਕ ਆਪਣਾ ਫਰਜ਼ ਨਿਭਾਉਣ ਤੇ ਮਸਲੇ ਸਾਰੇ ਹੱਲ ਹੋ ਜਾਣਗੇ। ਪਰ ਰੌਲਾ ਇਹ ਜੀ ਕਿ ਸਰਕਾਰ ਲਾਂਭੇ ਦਿੰਦੀ ਹੈ ਲੋਕਾਂ ਦੇ ਸਿਰ ਤੇ ਲੋਕ ਮੜ ਦਿੰਦੇ ਸਰਕਾਰ ਦੇ ਸਿਰ, ਤੇ ਦੋਵੇਂ ਧਿਰਾਂ ਹੀ ਕਾਣੀਆਂ, ਦੋਵੇਂ ਧਿਰਾਂ ਜਿਹੜੀਆਂ ਉਹ ਆਪੋ ਆਪਣੀ ਥਾਂ ਦੇ ਉੱਤੇ ਗਲਤ ਆ ਤੇ ਗੈਰ ਜ਼ਿੰਮੇਵਾਰ ਆ। ਅੱਗ ਲਾਉਣੀ ਮਸਲੇ ਦਾ ਹੱਲ ਨਹੀਂ, ਤੇ ਸਰਕਾਰ ਦਾ ਘੇਸਲ ਵੱਟ ਕੇ ਬੈਠੇ ਰਹਿਣਾ ਇਹ ਵੀ ਕੋਈ ਮਸਲੇ ਦਾ ਹੱਲ ਨਹੀਂ। ਸੋ ਐਤਕੀ ਵੀ ਪਰਾਲੀ ਨੂੰ ਅੱਗ ਲੱਗੀ ਹੈ, ਇਹ ਨਹੀਂ ਕਹਿ ਸਕਦੇ ਵੀ ਨਹੀਂ ਅੱਗ ਲੱਗੀ ਜਾਂ ਨਹੀਂ ਅੱਗ ਲੱਗਣੀ, ਹਾਲੇ ਵੀ ਲੱਗਣੀ ਅੱਗ, ਆਉਂਦੇ ਦਿਨਾਂ ਦੇ ਵਿੱਚ ਵੀ ਕਈ ਥਾਵਾਂ ਤੇ ਲੱਗੂਗੀ। ਪਰ ਜੇਕਰ ਆਪਾਂ ਤੁਲਨਾਤਮਕ ਅਧਿਐਨ ਕਰੀਏ ਤਾਂ ਪਿਛਲੇ ਵਰ੍ਹਿਆਂ ਦੇ ਮੁਕਾਬਲਤਨ ਘੱਟ ਅੱਗ ਲੱਗੀ ਆ। ਉਹਦੇ ਪਿੱਛੇ ਸ਼ਾਇਦ ਕਾਰਨ ਇੱਕ ਲਾਲ ਲਕੀਰ ਵਾਲਾ ਵੀ ਹੋਵੇ ਵੀ ਕਿਸਾਨਾਂ ਦੇ ਜਿਹੜੇ ਮਾਲ ਰਿਕਾਰਡ ਦੇ ਵਿੱਚ ਲਾਲ ਲਕੀਰ ਫੇਰੀ ਜਾ ਰਹੀ ਹੈ, ਇਹਦੇ ਪਿੱਛੇ ਸ਼ਾਇਦ ਕਾਰਨ ਇਹ ਹੋਵੇ ਵੀ ਜਾਗਰੂਕਤਾ ਆਈ ਆ ਵੀ ਭਾਈ ਆਪਾਂ ਧਰਤੀ ਦੀ ਹਿੱਕ ਆਪਣੀ ਦੀ ਕਿਉਂ ਸਾੜਨੀ ਆ। ਸ਼ਾਇਦ ਇਹਦੇ ਪਿੱਛੇ ਕਾਰਨ ਇਹ ਵੀ ਹੋਵੇ ਵੀ ਭਾਈ ਕਈ ਸਮਾਜ ਸੇਵੀ ਜਥੇਬੰਦੀਆਂ ਨੇ ਨਿੱਜੀ ਤੌਰ ਦੇ ਉੱਤੇ ਕਿਸਾਨਾਂ ਦੀ ਮਦਦ ਕਰਨ ਦਾ ਐਲਾਨ ਵੀ ਕੀਤਾ ਵੀ ਜੇ ਤੁਸੀਂ ਪਰਾਲੀ ਨਾ ਸਾੜੋਗੇ ਤੁਹਾਨੂੰ ਅਸੀਂ 500 ਰੁਪਈਆ ਤੁਹਾਨੂੰ ਅਸੀਂ ਜਾਂ 1000 ਰੁਪਈਆ ਏਕੜ ਦੇ ਪਿੱਛੇ ਦੇਵਾਂਗੇ। ਸੋ ਸ਼ਾਇਦ ਇੱਕ 3-4 ਕਾਰਨ ਹੀ ਆ, ਬਾਕੀ ਗੱਲ ਹੈ ਵੀ ਨਵੀਂ ਪੀੜ੍ਹੀ ਆ ਜਿਹੜੀ ਉਹ ਸ਼ਾਇਦ ਇਸ ਗੱਲ ਨੂੰ ਮਹਿਸੂਸ ਕਰੂਗੀ ਆਉਂਦੇ ਸਮੇਂ ਦੇ ਵਿੱਚ ਵੀ ਭਾਈ ਆਪਾਂ ਧਰਤੀ ਦੀ, ਵਾਤਾਵਰਨ ਦੀ, ਪਾਣੀ ਦੀ, ਹਵਾ ਦੀ ਕਦਰ ਕਿਵੇਂ ਕਰਨੀ ਆ, ਕਿਉਂਕਿ ਅਸੀਂ ਜੇ ਗੁਰੂ ਵਾਲੇ ਖਵਾਉਂਦੇ ਖੁਦ ਨੂੰ
ਤੇ ਫਿਰ ਸਾਨੂੰ ਇਹਨਾਂ ਵਿਸ਼ਿਆਂ ਦੇ ਵੱਲ ਖਿਆਲ ਕਰਨਾ ਹੀ ਪੈਣਾ। ਤੇ ਜੇਕਰ ਅਸੀਂ ਨਹੀਂ ਗੁਰੂ ਵਾਲੇ ਤੇ ਫਿਰ ਜੋ ਚੱਲਦਾ ਉਵੇਂ ਚਲਾਈ ਰੱਖਣਾ ਚਾਹੀਦਾ, ਫਿਰ ਚੱਲੀ ਵੀ ਜਾਂਦਾ। ਸੋ ਬਾਕੀ ਵਕਤ ਦੱਸੂਗਾ ਕੀ ਆ, ਪਰ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਐਤਕੀ ਲੋਕਾਂ ਨੂੰ ਥੋੜੀ ਜਿਹੀ ਸੋਝੀ ਵੱਧ ਆਈ ਹੈ। ਜੀ ਸੋ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਲਈ ਇੰਨਾ ਜੀ, ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ। ਮਿਹਰਬਾਨੀ ਮਿਹਰਬਾਨੀ।